ਹਾਂਜੀ ਹਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੁਸੀਂ ਸੁਣ ਰਹੇ ਹੋ ਜੀ ਕੁਲਵੀਰ ਸਿੰਘ ਦੇ ਨਾਲ ਇਤਆ ਪੰਜਾਬੀ ਹਾਂਜੀ ਅੱਜ ਜਿਸ ਤਰ੍ਹਾਂ ਫੇਸਬੁੱਕ ਤੇ ਅਸੀਂ ਆਪਣੀ ਫੋਟੋ ਪਾਈ ਸੀ ਕਿ ਪਰਮੇਸ਼ਵਰ ਦੀ ਸੁਜੋਨ ਅਗਰ ਤੁਹਾਡੀ ਜਿਹੜੀ ਸੁਜੋਨ ਉਹ ਤੁਸੀਂ ਇਟਲੀ ਤੋਂ ਬਾਹਰ ਉਹ ਹੋ ਗਵਾ ਜਾਂਦੀ ਆ ਤਾਂ ਉਸ ਕੇਸ ਦੇ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਕੀ ਕਰਕੇ ਤੁਸੀਂ ਦੁਬਾਰਾ ਇਟਲੀ ਦੇ ਵਿੱਚ ਆ ਸਕਦੇ ਆ ਵਾਪਸ ਕਿਸ ਤਰ੍ਹਾਂ ਬਾਅਸਕਦਾ ਮੰਨ ਲਓ ਜਾਂ ਫਿਰ ਤੁਹਾਡੀ ਜਿਹੜੀ ਸਜੋਰ ਨੂੰ ਬਾਹਰ ਤੁਸੀਂ ਇਟਲੀ ਤੋਂ ਗਏ ਤੁਹਾਡੀ ਐਕਸਪਾਇਰ ਹੋ ਜਾਂਦੀ ਹੈ ਅਗਰ ਤਾਂ ਤੁਸੀਂ ਯੂਰਪ ਦੀ ਕੰਟਰੀ ਵਿੱਚ ਆ ਤਾਂ ਤੁਸੀਂ ਆਪਣਾ ਘਰਤਾ ਦੀ ਜੈਨਤੀਤਾ ਦਿਖਾ ਕੇ ਨੋਰਮਲੀ ਆ ਜਾ ਸਕਦੇ ਹਾਂ ਪਰ ਯੂਰਪ ਤੋਂ ਬਾਹਰ ਹੋਵੇ ਇੰਡੀਆ ਚ ਹੋਵੇ ਤੁਸੀਂ ਜਾਂ ਪਾਕਿਸਤਾਨ ਵਿੱਚ ਤੋਂ ਹੋਵੋ ਜਾਂ ਜਿਹੜੀ ਵੀ ਤੁਹਾਡੀ ਕੰਟਰੀ ਹੈ ਅਗਰ ਤੁਸੀਂ ਉੱਥੋਂ ਤੇ ਤੁਸੀਂ ਬਾਪਸ ਆਣਾ ਤਾਂ ਕਿਸ ਤਰ੍ਹਾਂ ਹੋਗੇ ਏਸੀ ਮੁੱਦੇ ਤੇ ਅੱਜ ਗੱਲ ਕਰਾਂਗੇ ਜੀ ਕੁਲਵੀਰ ਸਿੰਘ ਦੇ ਨਾਲ ਕੁਲਵੀਰ ਸਿੰਘ ਦੇ ਨਾਲ ਪਰ ਮੈਂ ਸ਼ੁਦ ਇਸ ਇਟਾਲੀਅਨ ਚ ਲਿਖਿਆ ਜੀ ਅਗਰ ਕੋਈ ਇਟਾਲੀਅਨ ਬੰਦਾ ਇਸ ਚੀਜ਼ ਨੂੰ ਪੜਦਾ ਹੋਵੇ ਤਾਂ ਉਹ ਵੀ ਜੇ ਕਰ ਸਕਦਾ ਹਾਂਜੀ ਇਹ ਅਗਰ ਤੁਸੀਂ ਫੁੱਲ ਆਪਣੀ ਕੀ ਕਹਿੰਦੇ ਅਗਰ ਤੁਸੀਂ ਫੁੱਲ ਨਿਊਜ਼ ਦੇਖਣੀ ਹੋਵੇ ਤਾਂ ਫਿਰ ਮੈਂ ਸ਼ੁਦ ਇਸ ਜੋਰ ਨੂੰ ਪੁੰਤ ਔਰਗ ਉੱਥੋਂ ਜਾ ਕੇ ਦੇਖ ਸਕਦੇ ਆ ਇੰਟਰਨੈਟ ਤੋਂ ਸਾਰੀ ਇਨਫੋਰਮੇਸ਼ਨ ਲਈ ਗਈ ਹੈ ਜੀ ਇਹ ਪਰਮੇਸ਼ਰ ਦੀ ਸੁਜੋਰ ਨੂੰ ਸ਼ਕਾ ਦੋ ਤੋਂ ਅਲੈਸਟਰ ਅਗਰ ਤੁਹਾਡੀ ਸੁਜੋਰ ਨੂੰ ਜਿਹੜੀ ਬਾਹਰਲੀ ਕੰਟਰੀ ਵਿੱਚ ਸ਼ਕਾ ਦੋ ਤੋਂ ਐਕਸਪਾਇਰ ਹੋ ਜਾਂਦੀ ਹੈ சிபோக் கேத்ரே ரிக்கியேரே ਹੁੰਦਾ ਚਲੋ ਪੋਇਂਟ ਕੋ ਗੱਲਾਂ ਸੀਪੋ ਕੀத்ਰੇ ਵਿਸਟੋ ਡੀ ਇੰਗਰੈਸੋ ਐਂ트로 60 ਜੋਰਨੀ ਦਾਲ ਅੰਬਾਸਾਟਾ ਇਟਾਲਿਆਨੋ ਓ ਦਾਲ ਕੰਸੋਲਾਟੋ ਇਟਾਲਿਆਨੋ ਕਹਿੰਦਾ ਮਤਲਬ ਕਿ ਸੀਪੋ ਕੀத்ਰੇ ਅਸੀਂ ਉਹਨਾਂ ਤੋਂ ਦੁਆਰਾ ਮੰਗ ਸਕਦੇ ਹਾਂ ਅਪਲਾਈ ਕਰ ਸਕਦੇ ਹਾਂ ਵਿਸਟੋ ਦੀ ਇੰਗਰੈਸੋ ਰੀ ਇੰਗਰੈਸੋ ਰੀ ਇੰਗਰੈਸੋ ਗੜਾ ਹੁੰਦਾ ਰੀ ਐਂਟਰੀ ਵੀਜ਼ਾ ਐਂ트로 60 ਤਾ ਜੋਰਨੀ 60 ਦਿਨਾਂ ਦੇ ਵਿੱਚ ਵਿੱਚ ਮੰਨ ਲਓ ਤੁਹਾਡੀ ਅੱਜ ਸਜੂਰ ਨੂੰ ਐਕਸਪਾਇਰ ਹੁੰਦੀ ਹੈ ਜਿ ਕਿੰਨੀ ਤਰੀਕਾ 27 8 27 8 ਨੂੰ ਐਕਸਪਾਇਰ ਹੁੰਦੀ ਹੈ ਤਾਂ ਤੁਹਾਡੀ 26 10 ਨੂੰ ਮੋਟਾ-ਮੋਟਾ ਸਾਵਧਾਨ ਰਹੀਏ 2 ਮਹੀਨੇ 60 ਦਿਨਾਂ ਦੇ ਵਿੱਚ ਵਿੱਚ ਤੁਸੀਂ ਉਹਨੂੰ ਕਰ ਸਕਦੇ ਆਂ ਅਗਰ ਤੁਹਾਡਾ ਟਾਈਮ 60 ਦਿਨ ਤੋਂ ਟੱਪ ਜਾਂਦਾ ਹੈ ਤਾਂ ਥੋੜੀਆਂ ਪ੍ਰੋਬਲਮ ਆਉਂ ਸਕਦੀਆਂ ਪਰ ਹੋ ਸਕਦੀਆਂ ਤੁਹਾਨੂੰ ਠੋਸ ਸਬੂਤ ਦਿਖਾਣੇ ਪੈਣੇ ਦੋਪੋ ਦੋ ਮਹੀਨੇ ਚ ਚੀ ਦੇਵਨੋ ਐਸਰੇ ਅੰਕੋਰਾ ਡੇਲੇ ਕੋਂਡੀਜ਼ਿਓਨੀ ਫਾਵੋਰੇਬਲੀ ਪਰੇਡਿਨਾ ਨੋਵੋ ਕਿਆ ਇਹਦਾ ਮਤਲਬ ਕੀ ਆ ਮੰਨ ਲਓ ਥੋਸ ਸਬੂਤ ਕਿਹੜਾ ਹੋ ਸਕਦੇ ਆ ਤੁਹਾਡੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ ਜਾਂ ਕੋਈ ਵੀ ਚੀਜ਼ ਹੋਣ ਕਰਕੇ ਜਿਹਦੇ ਕਾਰਨ ਤੁਹਾਨੂੰ ਕਿਸੇ ਦੀ ਸੇਵਾ ਕਰਨੀ ਪਈ ਜਾਂ ਕੁਝ ਵੀ ਹੋ ਸਕਦਾ ਤੇ ਕਿਸੇ ਵੀ ਗੱਲ ਕਰਕੇ ਆਪਣਾ ਥੋੜੀ ਜਿਥੋਂ ਘਰੋਂ ਨਹੀਂ ਜਾ ਸਕਦੇ ਤਾਂ ਉਸ ਉਹ ਕਾਰਨਾਂ ਦੇ ਸਬੂਤ ਸਾਰੇ ਪ੍ਰੂਫ ਲੈ ਕੇ ਤੁਸੀਂ ਜਾ ਸਕਦੇ ਹੋ ਉਹਨਾਂ ਦੇ ਕੋਲ ਆਪਣੇ ਕੌਨਸੂਲਾ ਤੋਂ ਇਟਾਲੀਅਨ ਨੂੰ ਜਾ ਫਰਾਂਵਰਸ਼ਾਤ ਅੰਬੈਸੀ ਜਿਹੜੀ ਇਟਾਲੀਅਨ ਦੀ ਉੱਥੇ ਤੇ ਉਹਨਾਂ ਨੂੰ ਆਪਣੀ ਸਾਰੀ ਸਿਚੁਏਸ਼ਨ ਦੱਸਣੀ ਪੈਣੀ ਤੇ ਫਿਰ ਉਹਨਾਂ ਤੋਂ ਤੁਹਾਨੂੰ ਦੁਆਰਾ ਦੇ ਦੇਣਾ ਹੁੰਦਾ ਵੀਜ਼ਾ ਇਲ ਪਰਮੈਸ਼ੋ ਦੀ ਸੋਜੋਨੋ ਰੂਬਾਟੋ ਓ ਸਮਾਰrito ਅਲੇਸਟਰੋ ਅਗਰ ਤੁਹਾਡੀ ਸੋਜੋਨੋ ਜਿਹੜੀ ਚੋਰੀ ਹੋ ਜਾਂਦੀ ਹੈ ਰੂਬਾਟੋ ਮਤਲਬ ਚੋਰੀ ਹੋ ਗਈ ਜਾਂ ਫਿਰ ਸਮਾਰrito ਜਾਂ ਫਿਰ ਗਵਾਚ ਗਈ ਅਲੈਸਟਰ ਅਲੈਸਟਰ ਮਤਲਬ ਇਟਲੀ ਤੋਂ ਵਾਰ ਇੰਡੀਆ ਹੋ ਸਕਦੇ ਆ ਤੁਸੀਂ ਪਾਕਿਸਤਾਨ ਵਿੱਚ ਹੋ ਸਕਦੇ ਜਿਹੜਾ ਵੀ ਤੁਹਾਡਾ ਦੇਸ਼ ਆ ਫਿਲਹਾਲ ਸਾਡੀ ਆਂ ਇੰਡੀਆ ਦੇ ਪਾਕਿਸਤਾਨੀ ਆਪਣੀ ਪੰਜਾਬੀ ਭਾਸ਼ਾ ਸਮਝਦੇ ਆ ਇਸ ਕਰਕੇ ਮੈਂ ਇੰਡੀਆ ਤੇ ਪਾਕਿਸਤਾਨ ਦਾ ਨਾਮ ਲੈ ਰਿਹਾ ਸਭ ਤੋਂ ਪਹਿਲਾ ਕੰਮ ਕਰਨ ਵਾਲਾ ਕਿਹੜਾ ਜੀ ਫਾਰੇ ਦੇਨੁੰਚਾ ਅਲੇ ਫੋਰਸੇ ਦਲ ਔਰਡਿਨੇ ਦਲ ਪੈਜ ਇਨ ਕੁਸੀ ਤਰੋਬ ਅਸਾ ਸਭ ਤੋਂ ਮੇਨ ਗੱਲ ਅਗਰ ਤੁਸੀਂ ਇਹਦੀ ਇਟਾਲੀਅਨ ਦੇਖਣ ਲੱਗ ਇਹ ਦੇਖੇ ਵਿੱਚ ਲਿਖਿਆ ਲਾ ਨਹੀਂ ਲਿਖਿਆ ਫਾਰੇ ਲਾ ਦੇਨੁੰਚਾ ਅਲੇ ਫੋਰਸੇ ਇਹ ਅਖਬਾਰ ਦੇ ਪੰਨਿਆਂ ਦੇ ਵਿੱਚੋਂ ਕੱਢ ਕੇ ਸੌਖੇ ਤਰੀਕੇ ਦੇ ਨਾਲ ਇਟਾਲੀਅਨ ਲਿਖਣ ਦੀ ਕੋਸ਼ਿਸ਼ ਕੀਤੀ ਹੈ ਮੈਂ ਮੈਨੂੰ ਵੀ ਇੰਨੀ ਖਾਸ ਇਟਾਲੀ ਨਹੀਂ ਆਦੀ ਮੈਂ ਵੀ ਟਰਾਈ ਕਰਦਾ ਰਹਿਣਾ ਤੇ ਅਲੋਰਾ ਸਭ ਤੋਂ ਪਹਿਲਾਂ fare la denuncia fare la fare denuncia fare denuncia ਦਾ ਮਤਲਬ ਹੈ ਰਿਪੋਰਟ ਲਖਾਣੀ ਜਿਹਨੂੰ ਰਪਟ ਲਖਾਣਾ ਕਹਿੰਦੇ ਆ ਰਪਟ ਰਪਟ ਲਖਾਵਾ ਤਾ ਬਟਵਾ ਐਸਾ ਦੇ ਨਾਲ ਐਫ ਆਰ ਦਰਜ ਕਰਵਾਣੀ alle forze dell'ordine forze dell'ordine ਜਿਹੜੇ ਉੱਥੇ ਤੇ ਕੀ ਕਹਿੰਦੇ ਨੇ ਫੋਰਸੇ ਦਾ ਲੋਰਦੇ ਨੇ ਕਿ ਇਹਨੂੰ ਕਹਿ ਸਕਦੇ ਆ ਆਪਣਾ ਪੁਲਿਸ ਵਾਲੇ ਉਹਨਾਂ ਦੇ ਕੋਲ ਜਾ ਕੇ ਸਭ ਤੋਂ ਪਹਿਲਾਂ ਆਪਣੀ ਰਿਪੋਰਟ ਲਖਾਣੀ ਪੈਣੀ ਆ ਜੀ ਜਿਸ ਦੇਸ਼ ਦੇ ਵਿੱਚ ਤੁਸੀਂ ਰਹਿੰਦੇ ਆ ਉਸ ਤੋਂ ਬਾਅਦ ਉਹ ਜਿਹੜੀ ਰਿਪੋਰਟ ਆ ਨੰਬਰ 2 ਤੇ ਦੂਜਾ ਕੰਮ ਜਿਹੜਾ ਤੁਸੀਂ ਕਰਨਾ ਉਹ ਰਿਪੋਰਟ ਲੈ ਕੇ ਤੁਸੀਂ ਜਾਣਾ ਵਰਸ਼ਾਤਾ ਇਤਾਲਿਆਨਾਂ ਦੇ ਵਿੱਚ ਅਲੋਰਾ ਕੋਨ ਫੋਗਲਿਓ ਦੇਨੂਨਚਾ ਫੋਗਲਿਓ ਦੇਨੂਨਚਾ ਹੁੰਦਾ ਐਫ ਆਰ ਦਾ ਪੀ ਫੋਗਲਿਓ ਪੀ ਦੇਨੂਨਚਾ ਦੇ ਰਿਪੋਰਟ ਲਗਾਏ ਅੰਦਾਰੇ ਜਾਣਾ ਅੰਬੇਸ਼ਾਤਾ ਇਤਾਲੀਆ ਜਾਣਾ ਜਾਂ ਫਿਰ ਕੌਂਸੂਲਾਤੋ ਇਤਾਲੀਆਨੋ ਅੰਬੇਸੀ ਜਾਂ ਫਿਰ ਜਿਹੜੀ ਕੌਂਸੂਲਾਤੋ ਇਤਾਲੀਆਨ ਉੱਥੇ ਜਾਓ ਪੇਰ ਰੀਕੀਦਰੇ ਦੁਵਾਰਾ ਲੈਣ ਦੇ ਲਈ ਵੀਸਤੋ ਦੀ ਇੰਗਰੈਸੋ ਰੀਇੰਗਰੈਸੋ ਦਾ ਇੰਗਰੈਸੋ ਜਾਂ ਰੀਇੰਗਰੈਸੋ ਕੋਲ ਪੇਰ ਰੀਐਂਟਰੀ ਦਾ ਜਿਹੜਾ ਆਪਣਾ ਵੀਸ ਦਾ ਵੀ ਆਪਣਾ ਵੀਜ਼ਾ ਉਹ ਲੈਣ ਦੇ ਲਈ ਤੁਹਾਨੂੰ ਦੁਬਾਰਾ ਵੀ ਆਪਣਾ ਅਪਲਾਈ ਕਰਨਾ ਪੈਣਾ ਫਿਰ ਕਿਹਦੇ ਜਾਂ ਅਲੋਰਾ ਫਿਰ ਕਿਹਦੇ ਡੁਪਲੀਕੇਟ ਦਾ ਲਪਾਇਆ ਜੇ ਦਿਸੋ ਜੋਰ ਨੂੰ ਪਰਮੇਸ਼ਰ ਦਿਸੋ ਹਾਂਜੀ ਉਹ ਫੋਲੀਓ ਲੈ ਕੇ ਤੁਸੀਂ ਅੰਬੈਸੀ ਵਿੱਚ ਜਾਣਾ ਅੰਬੈਸੀ ਵਿੱਚ ਜਾ ਕੇ ਤੁਸੀਂ ਆਪਣਾ ਐਫ ਆਰ ਆਈ ਦਿਖਾਣੀ ਆ ਵੀਜ਼ਾ ਲੈਣ ਲਈ ਜਦੋਂ ਤੁਹਾਨੂੰ ਵੀਜ਼ਾ ਰੀ-ਐਂਟਰੀ ਮਿਲ ਜਾਣਾ ਉਸ ਵੀਜ਼ੇ ਨਾਲ ਫਿਰ ਤੁਸੀਂ ਇਟਲੀ ਦੇ ਵਿੱਚ ਆ ਕੇ ਆਪਣਾ ਡੁਪਲੀਕਾਟ ਉਹਦੀ ਪਰਮਿਟ ਸੂਜੋਨ ਉਹ ਜਿਹੜੀ ਸੂਜੋਨ ਉਹ ਤੁਹਾਡੀ ਗਵਾਚ ਗਈ ਹੈ ਉਹਦੇ ਡੁਪਲੀਕੇਟ ਤੁਹਾਨੂੰ ਕਾਪੀ ਲੈਣੀ ਪੈਣੀ ਆ ਆਪਣਾ ਡੁਪਲੀਕਾਟ ਕਿਸ ਹਿਸਾਬ ਨਾਲ ਲੈਣਾ ਅਗਰ ਤੁਹਾਡੀ ਚੋਰੀ ਹੋ ਜਾਂਦੀ ਹੈ ਤੁਹਾਡੀ ਗਵਾਚ ਜਾਂਦੀ ਹੈ ਉਹ ਉਹਦੇ ਲਈ ਆਪਾਂ ਇੱਕ ਨਵਾਂ ਐਪੀਸੋਡ ਬਣਾ ਕੇ ਤੁਹਾਨੂੰ ਦੱਸਾਂਗੇ ਕਿਸ ਹਿਸਾਬ ਨਾਲ ਤੁਸੀਂ ਉਹ ਲੈ ਸਕਦੇ ਆ Ambasciata italiana, consolato italiano. Giotto Singer, sì, che parla che già ne ha consolato? Bye, go. Contatta questura per verificare, per verificare... Per verificare... Per verificare... Vabbè dai, tanto piccolo. Che ci sono... Che ci siano, va bene. Che ci sono tutti i requisiti per il, per il rinnovo o assenza di ogni altro ostacolo al rinnovo. Che okay, andiamo da Luchia. ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਪੇਪਰ ਨੂੰ ਕੋ ਲੈ ਕੇ ਜਾਣੇ ਡਾਕੂਮੈਂਟ ਵਗੈਰਾ ਫੋਟੋ ਕਾਪੀਆਂ ਅੰਬੈਸੀ ਕੀ ਕਰਦੇ ਜਾਂ ਫਿਰ ਉਹਨਾਂ ਦੇ ਜਿਹੜੇ ਕੌਂਸਲ ਕੌਂਸਲਰ ਹੁੰਦੇ ਕੀ ਕਰਦੇ ਆ ਜੀ ਉਹ ਜਾ ਕੇ ਜਿਸ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਆ ਉਸ ਕੁਸਟੋਰੀਰ ਨੂੰ ਕੰਟੈਕਟ ਕਰਦੇ ਮੰਨ ਲਓ ਤੁਸੀਂ ਬਰੇਸ਼ੀਆ ਦੇ ਆ ਤਾਂ ਉਹਨਾਂ ਨੇ ਬਰੇਸ਼ੀਆ ਦੇ ਕੁਸਟੋਰੀਰ ਨੂੰ ਕੰਟੈਕਟ ਕਰਨਾ ਫੇ ਫਲਾਨਾ ਬੰਦਾ ਫਲਾਨਾ ਨਾਮ ਉਹਦਾ ਆਹਾ ਨੰਬਰ ਉਹ ਸਾਡੇ ਕੋਲ ਇਹ ਲੈ ਕੇ ਆਇਆ ਵੀ ਇਹ ਦੇਖੋ ਤਾਂ ਸਜੋਰਨ ਦੀ ਵੈਲਿਡ ਹੈ ਕੀ ਇਹ ਕਿ ਇਹ ਬੈਰੀਫਿਕਨੋ ਟੂਟੀ ਰਿਕੁਇਸਿਤੀਓ ਚੈੱਕ ਕਰਦੇ ਵੀ ਤੁਹਾਡੇ ਕੋ ਸਾਰੇ ਉਹ ਚੀਜ਼ ਹੈਗੀਆਂ ਸਜੋਨ ਨੂੰ ਨਿਊ ਕਰ ਲਈ ਫਿਰ ਰੀਨੋਵ ਨਿਊ ਕਰਨ ਜਾਂ ਫਿਰ ਅਸ਼ੈਂਸਾ ਦਿਓ ਨੀ ਅਲਟਰੋ ਓਸਟਾਕੁਲੋ ਰੀਨੋਵ ਜੇ ਆਫੇ ਕੋਈ ਰਿਕਵਰਟਾ ਨਹੀਂ ਆ ਰਹੀ ਤੁਹਾਨੂੰ ਰੀਨਿਊ ਕਰਨ ਦੇ ਲਈ ਮੰਨ ਲਓ ਤੁਹਾਡੇ ਕੋ ਕੋਈ ਨਹੀਂ ਹੈਗੀ ਜਾਂ ਕੋਈ ਵੀ ਹੈ ਇਸ ਕਰਕੇ ਆਪਣੇ ਡਾਕੂਮੈਂਟਾਂ ਨੂੰ ਸਾਂਭ ਸੰਭਾਲ ਕੇ ਰੱਖੋ ਜੀ ਬੂਰੋਕਰਸੀਆ ਇਟਾਲੀਆਨਾ ਇਹ ਮੈਂ ਇਟਾਲੀਅਨ ਦੀ ਸਰਕਾਰ ਦੀ ਕੋਈ ਗੱਲ ਤੇ ਨਹੀਂ ਕਹਿ ਰਿਹਾ ਉਹਦੇ ਵਿੱਚ ਅਖਬਾਰ ਦੇ ਵਿੱਚ ਲਿਖਿਆ ਹੈ ਇਨਾ ਸਾਰੇ ਕੰਮਾਂ ਨੂੰ ਆਪਣੇ ਅੰਬੈਸੀ ਵਾਲਿਆਂ ਨੇ ਚੈੱਕ ਕਰਨਾ ਸਾਰਿਆਂ ਨੇ ਚੈੱਕ ਕਰਨਾ ਨਾਰਮਲੀ ਤੌਰ ਤੇ ਬਿਊਰੋਕਰੇਸੀ ਆ ਤੇ ਕਾਗਜ਼ੀ ਕਾਰਵਾਈ ਬਹੁਤ ਕਰਦੇ ਆ ਸਾਰਾ ਕੁਝ ਸਿਕਿਉਰਿਟੀ ਵਗੈਰਾ ਕਾਂ ਦੇ ਨਾਲ ਪੇ ਕੋਈ ਉਸ ਚੀਜ਼ ਦੀ ਗਲਤੀ ਨਾ ਹੋ ਜਵੇ ਇਹਦੇ ਨਾਲ ਕੀ ਹੋ ਸਕਦਾ ਤਾਂ ਪੈਰ ਦੀ ਤਤਲਵੋਲੋ ਜਿਹੜੀ ਤੁਹਾਡੀ ਇਹ ਫਲਾਈਟ ਆ ਉਹ ਮਿਸ ਹੋ ਸਕਦੀ ਹੈ ਅਸੈਂਸਿਆ ਲਾ ਬੁਰਾ ਤੁਸੀਂ ਤੁਹਾਡੀ ਫਲਾਈਟ ਮਿਸ ਹੋ ਗਈ ਤੁਸੀਂ ਕੰਮ ਤੇ ਲੱਗਣਾ ਤੁਹਾਡੇ ਕੰਮ ਤੇ ਜਿਹੜੀਆਂ ਆਪਣੇ ਦਿਹਾੜੀਆਂ ਲੱਗਣੀਆਂ ਸੀ ਉਹ ਤੁਹਾਡੀਆਂ ਦਿਹਾੜੀਆਂ ਕੱਟ ਹੋ ਜਾਣੀਆਂ ਪਗਮੈਂਟੋ ਦੇ ਸੋਲਦੀ ਰਿਕੇਤੀ ਪਰ ਓਨੀ ਓਪਰੇਜ਼ੀਓਨੋ ਲਾ ਮੰਜਾਤਾ ਕੀ ਹੋ ਸਕਦਾ ਪਗਮੈਂਟੋ ਦੇ ਸੋਲਦੀ ਐ ਤੇ ਅਜੀ ਆਪਣੀ ਜੇਬ ਖਾਲੀ ਕਰਨੀ ਤੇ ਆਪਣੇ ਪੈਸੇ ਖਰਚੋ ਹਰ ਉਹ ਚੀਜ਼ ਜਿਹੜੀ ਤੁਸੀਂ ਅੰਬੈਸੀ ਤੋਂ ਕਰਾਣੀ ਹੈ ਮੰਨ ਲਓ ਸਭ ਤੋਂ ਪਹਿਲਾਂ ਉਹਨੇ ਇੱਕ ਕਮਿਊਨੀਕੇਸ਼ਨ ਕੀਤੀ ਜਾਂ ਦੋ ਕਮਿਊਨੀਕੇਸ਼ਨਾਂ ਕੀਤੀਆਂ ਉਹ ਜਿਹੜੀਆਂ ਕਮਿਊਨੀਕੇਸ਼ਨ ਦੇ ਹੋ ਸਕਦਾ ਹੈ ਤੁਹਾਨੂੰ ਉਹ ਪੈਸੇ ਲੈਣਵੇ ਨਹੀਂ ਕਹਿੰਦਾ ਕਿ ਸਭ ਤੋਂ ਪੈਸੇ ਲਓਗੇ ਪਰ ਹੋ ਸਕਦਾ ਕਿ ਤੁਹਾਡੇ ਤੋਂ ਉਹਨਾਂ ਚੀਜ਼ਾਂ ਦੇ ਪੈਸੇ ਲੈ ਜਾਣ ਇਸ ਕਰਕੇ ਤੁਸੀਂ ਜਦੋਂ ਇੰਡੀਆ ਤੋਂ ਇਟਲੀ ਤੋਂ ਬਾਹਰ ਜਾਂਦੇ ਆਪਣੇ ਜਿਹੜੇ ਪੇਪਰ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕੇ ਸੰਭਾਲ ਕੇ ਰੱਖੋ ਜੀ ਤੇ ਹੋ ਸਕੇ ਤਾਂ ਕਮਿਊਨੇ ਦੇ ਵਿੱਚੋਂ ਉਹਨਾਂ ਨੂੰ ਔਥੈਂਟੀਕ ਕਰਾ ਲਓ ਔਥੈਂਟੀਕ ਕਰੇ ਕਿਹਾ ਹੁੰਦਾ ਜਿਹਨੂੰ ਅਸੀਂ ਇੰਡੀਆ 'ਚ ਕਹਿੰਦੇ ਨੇ ਟੈਸਟ ਕਰਨਾ ਆਪਣੇ オリジナル ਪੇਪਰ ਲੈ ਜਾ ਕੇ ਇਹ ਉਹਨਾਂ ਦੀ ਫੋਟੋ ਕਾਪੀ ਕਰਾ ਕੇ ਕਮਿਊਨੇ ਦੇ ਵਿੱਚੋਂ ਮਾਰਕਾ ਦੀ ਬੋਲੋ 16000 ਰੁਪਏ ਦੀ ਲਾਦੀ 16500 ਰੁਪਏ ਦੀ ਹੋਊਗੀ ਚਲੋ ਜੀ ਕੋਲ ਉਹ ਆ ਗਏ ਨਾ ਤੇ ਮੋਰਨ ਲਵਾ ਕੇ ਰੱਖੋ ਜੀ ਉਹਦੇ ਨਾਲ ਕੀ ਹੋ ਜਾਂਦਾ ਵੀ ਇੱਕ ਕਿਸਮ ਨਾਲ ਉਹ ਫੋਟੋਕਾਪੀ ਨਹੀਂ オリジナル ਬਣ ਜਾਂਦੀ ਆ ਤੇ ਇਟਲੀ ਵਿੱਚ ਤੁਸੀਂ ਉਹਨੂੰ ਕਿਤੇ ਵੀ ਵਰਤ ਸਕਦੇ ਆ ਅੰਬੈਸੀ ਵਾਲੇ ਵੀ ਉਹਨੂੰ ਮੰਨੂਗੇ ਏਸੀ ਅੱਜ ਦਾ ਭਾਗ ਤੇ ਸਾਡਾ ਵਟਸਐਪ ਨੰਬਰ ਹੈ ਜੀ 32814952 ਇਤਾ ਪੰਜਾਬੀ ਚੈਨਲ ਆਪਣਾ ਨਾਮ ਤੇ ਕੁਲਵੀਰ ਸਿੰਘ ਮੇਰਾ ਨਾਮ ਹਾਂਜੀ ਹੁਣ ਵੀ ਮੈਨੂੰ ਬਹੁਤ ਸਾਰੇ ਆਪਣੇ ਭਾਈ ਜੀ ਭਾਈ ਜੀ ਜਾਂ ਭੈਣ ਜੀ ਆ ਨਹੀਂ ਬੀਰਾਂ ਨੇ ਕਿਹਾ ਉਹਨੇ ਭੈਣ ਜੀ ਨੇ ਤਹੇ ਤੱਕ ਚਲੋ ਕਿਸੇ ਨੇ ਨਹੀਂ ਕਿਹਾ ਹਾਜੀ ਮੈਨੂੰ ਬਹੁਤ ਸਾਰੇ ਨੇ ਮੈਸੇਜ ਇਥਾ ਪੰਜਾਬੀ ਦੇ ਨਾਮ ਤੋਂ ਆਦੇ ਦੇਖੋ ਜੀ ਮੇਰਾ ਨਾਮ ਕੁਲਵੀਰ ਸਿੰਘ ਆ ਤੇ ਚਲੋ ਵਧੀਆ ਗੱਲ ਹੈ ਤੁਸੀਂ ਮੈਨੂੰ ਆਪਣੇ ਇਹ ਚੈਨਲ ਦੇ ਨਾਮ ਤੇ ਵੀ ਬੁਲਾਣੇ ਕੋਈ ਚੱਕਰ ਨਹੀਂ ਬਾਕੀ 328814952 ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਇੱਥੇ ਸਿਰਫ ਅਤੇ ਸਿਰਫ ਵਰਸਪ ਚੱਲਦਾ ਤੁਸੀਂ ਡਾਇਰੈਕਟ ਫੋਨ ਜਿੰਨਾ ਮਰਜ਼ੀ ਲਾਈ ਜਾਓ ਇੱਥੇ ਕਦੇ ਨਹੀਂ ਲੱਗਣਾ ਭਾਵੇਂ 24 ਘੰਟਾ ਟਰਾਈ ਕਰੀ ਚਾਹੋ ਇਹ ਨੰਬਰ ਕਿਸੇ ਵਾਸਤੇ ਮੇਰੇ ਕੋਲ ਸਸਟ੍ਰਟ ਹੋ ਗਿਆ ਹੈ ਤੇ ਹਾਂਜੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਵਾਇਸ ਮੈਸੇਜ ਜਾਂ ਫਿਰ ਆਫਲਾਈਨ ਮੈਸੇਜ ਕਰ ਸਕਦੇ ਆ ਟੈਲੀਫੋਨ ਡਾਇਰੈਕਟ ਨਾ ਕਰੋ ਤੇ ਕਿਉਂਕਿ ਨਾਰਮਲੀ ਹੋ ਸਕਦਾ ਜਿਹੜੀ ਤੁਸੀਂ ਮੈਨੂੰ ਕੋਈ ਗੱਲ ਪੁੱਛਣੀ ਆ ਉਹ ਮੈਨੂੰ ਨਾ ਪਤਾ ਹੋਵੇ ਮੈਂ ਵੀ ਇੰਟਰਨੈਟ ਤੋਂ ਲੱਭ ਕੇ ਸਾਰੀਆਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਕੱਢ ਕੇ ਤੁਹਾਨੂੰ ਸਾਰਿਆਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਤਹਾ ਪੰਜਾਬੀ ਸਜੋਰ ਨੂੰ ਗੁਆਚ ਜਾਵੇ ਤਾਂ ਇਟਲੀ ਵਿੱਚ ਮੁੜ ਕੇ ਕਿੱਦਾਂ ਆਵਾ